अपने सारे दर्शकों का एक बार फिर तो अपने समझते और हर बार इतना एक वीजा एक्सपर्ट पुनीत करना जी ओम ग्लोबल तो सा हाजिर है। सो जी ओम ग्लोबल की गल कर लिए तो पाइनियर है ऑस्ट्रेलिया स्टडी वीजा लै के कैनेडा स्टडी वीजा लै के और सब तो वही गल है कि जो वक्त कंसल्टेंट ये कह रहे हैं कि कैनेडा जाने लिए हूँ सितंबर सैशन ही ऑलमोस्ट सीटा फुल हो चुकी ने जनवरी 2020 के सीटा खुल गई ने कॉलेज खुल गए ने उत्थे ही प्राउडली तुहानू दस रहे हैं कि हाले भी सितंबर सैशन लिए बहुत सारिया सीट्स बहुत सारे कॉलेज के बचिया हुई ने बहुत सारे कॉलेज जो डायरैक्ट रिप्रजेंट करते हैं और कैनेडा में खुद अपने कॉलेज भी चला रहे हैं। पंजाब का कोई भी वो विद्यार्थी कोई भी वो बच्चा जो कैनेडा पढ़न जाना चाहता है और खास तौर पर सितंबर 2019 सैशन के जाना चाहता उन्होंने घबराने की कोई लोड़ नहीं है। पुनीत खन्ना जी ने अभी अच्छे मंच से इनवाइट किया हो 9216-9167 फोन नंबर है जो अभी चला चुके हैं टीवी स्क्रीन के इस नंबर से तुम कॉल कर सकते हो। स्वागत कर लें पुनीत खन्ना जी का खाना साहब बहुत बहुत स्वागत शुक्रिया मनीष जी सारे दर्शकों को मेरे वालों प्यार भरी सत श्रीकाल जी। सुपनी जी एक पासे जिथे कंसल्टेंट कह रहे हैं कि सितंबर सैशन ऑलमोस्ट फुल हो गया है 2019 लिए सीटा नहीं बचिया उत्ते ही बहुत सारे कॉलेजेस की हुण जानकारी होनी शुरू हो गई है कि उन्होंने एडमिशन शुरू कर दित्तियां ने जी। बहुत सारे कॉलेज ने 2020 जनवरी 2020 एडमिशन शुरू कर दित्तियां ने सो बच्चों नूं क्लीयर नहीं हो रहा कि सितंबर फुल हो गया है जनवरी शुरू हो गया है सिर्फ सितंबर 2019 के लालच के बच्चे एनरोल करके जनवरी 2020 ਦੇ ਵਿੱਚ ਪਾਇਆ ਜਾਵੇ ਐਕਚੁਅਲ ਸਿਨੈਰੀਓ ਕੀ ਤੁਸੀਂ ਕੈਨੇਡਾ ਰਹਿੰਦੇ ਹੋ ਦੇਖੋ ਕੈਨੇਡਾ ਚੱਲ ਕੇ ਵਾਪਸ ਆਏ ਹੋ ਐਕਚੁਅਲ ਸਿਨੈਰੀਓ ਡਿਪੈਂਡ ਇਸ ਚੀਜ਼ ਤੇ ਕਰਦਾ ਹੈ ਕਿ ਸਟੂਡੈਂਟ ਕਿਸ ਕੋਰਸ ਕਿਸ ਕੰਟਰੀ ਕਿਸ ਯੂਨੀਵਰਸਿਟੀ ਕਿਸ ਤਰੀਕੇ ਦੇ ਨਾਲ ਕਿੱਥੇ ਜਾਣਾ ਚਾਹੁੰਦਾ ਸੋ ਅਲਟੀਮੇਟਲੀ ਕਿਸੇ ਵੀ ਕਾਲਜ ਕਿਸੇ ਵੀ ਯੂਨੀਵਰਸਿਟੀ ਦਾ ਜਿਹੜਾ ਐਡਮਿਸ਼ਨ ਕ੍ਰਾਈਟੇਰੀਆ ਉਹ ਦੂਸਰੇ ਕਾਲਜ ਨਾਲੋਂ ਵੱਖਰਾ ਹੈ ਕਿੰਨੇ ਕਿਹੜੇ ਕੋਰਸ ਦੇ ਵਿੱਚ ਕਿੰਨੀਆਂ ਸੀਟਸ ਨੇ ਕਿਸੇ ਕਾਲਜ ਯੂਨੀਵਰਸਿਟੀ ਦੇ ਕੋਲ ਉਹ ਦੂਸਰੇ ਕਾਲਜ ਯੂਨੀਵਰਸਿਟੀ ਨਾਲੋਂ ਵੱਖਰੀਆਂ ਨੇ ਸੋ ਜੇ ਅੱਜ ਆਪਾਂ ਕਹਿ ਲਈਏ ਕਿ ਕੈਨੇਡਾ ਦੇ ਵਿੱਚ ਹਰ ਕਾਲਜ ਜਾਂ ਹਰ ਯੂਨੀਵਰਸਿਟੀ ਦੇ ਵਿੱਚ ਸੀਟਸ ਮੁੱਕ ਗਈਆਂ ਤਾਂ ਸ਼ਾਇਦ ਇਹ ਬਿਲਕੁਲ ਗਲਤ ਹੋਊਗਾ। ਅੱਜ ਦੀ ਡੇਟ ਦੇ ਵਿੱਚ ਵੀ ਜੇ ਸਟੂਡੈਂਟ ਕੈਨੇਡਾ ਜਾਣਾ ਚਾਹੁੰਦਾ ਕਿਸੇ ਵੀ ਸਟਰੀਮ ਤੋਂ ਪਾਸ ਸਟੂਡੈਂਟ ਹੋਵੇ ਚਾਹੇ ਉਹ ਪਲੱਸ ਟੂ ਹੋਵੇ ਚਾਹੇ ਗ੍ਰੈਜੂਏਟ ਹੋਵੇ ਚਾਹੇ ਮਾਸਟਰਸ ਵਾਲਾ ਸਟੂਡੈਂਟ ਹੋਵੇ ਚਾਹੇ ਤੁਸੀਂ ਉਹਦੇ ਵਿੱਚ ਪਲੱਸ ਟੂ ਆਰਟਸ ਕੀਤੀ ਹੈ ਕਾਮਰਸ ਨੌਨ ਮੈਡੀਕਲ ਮੈਡੀਕਲ BSc BA BCom ਕਿਸੇ ਵੀ ਸਟਰੀਮ ਤੋਂ ਤੁਸੀਂ ਪੜ੍ਹੇ ਹੋਏ ਹੋ ਅੱਜ ਵੀ ਕੈਨੇਡਾ ਦੇ ਵਿੱਚ ਸਪਟੈਂਬਰ ਇਨਟੇਕ ਲਈ ਸੀਟਸ ਅਵੇਲੇਬਲ ਨੇ। ਤੁਹਾਨੂੰ ਕਿਹੜਾ ਕੋਰਸ ਦਿੱਤਾ ਜਾਣਾ ਇਹ ਡਿਪੈਂਡ ਕਰਦਾ ਤੁਹਾਡੇ ਪ੍ਰੋਫਾਈਲ ਦੇ ਉੱਤੇ ਤੁਸੀਂ ਕਿਹੜੀ ਬੈਕਗ੍ਰਾਉਂਡ 'ਚੋਂ ਆਪਣੀ ਐਜੂਕੇਸ਼ਨ ਕੀਤੀ ਹੋਈ ਆ ਉਸ ਐਜੂਕੇਸ਼ਨ ਦੇ ਵਿੱਚ ਕਿਹੜੇ ਕਿਹੜੇ ਸਬਜੈਕਟਸ ਦੇ ਵਿੱਚ ਕੀ ਸਕੋਰ ਤੁਹਾਡਾ ਸੀਗਾ ਕਿਸ ਤਰ੍ਹਾਂ ਦੇ ਮਾਰਕਸ ਤੁਸੀਂ ਸਕੋਰ ਕੀਤੇ ਪਰਸੈਂਟੇਜ ਕਿਸ ਤਰ੍ਹਾਂ ਦੀ ਲਈ ਉਹਦੇ 'ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੜੇ ਕੋਰਸ ਦੇ ਵਿੱਚ ਜਾਓਗੇ ਕਿਹੜੇ ਪ੍ਰੋਵਿੰਸ ਔਰ ਕਿਹੜੀ ਯੂਨੀਵਰਸਿਟੀ ਦੇ ਵਿੱਚ ਜਾਓਗੇ। ਜਿਹੜੀ ਗੱਲ ਕਰ ਰਹੇ ਕਿ ਕਾਲਜਸ ਦੇ ਵਿੱਚ ਸਪਟੰਬਰ ਇਨਟੇਕ ਦੇ ਵਿੱਚ ਸੀਟਸ ਨਹੀਂ ਹੈਗੀਆਂ, ਹਾਂ ਬਹੁਤ ਸਾਰੇ ਕਾਲਜਸ ਨੇ ਕਿਉਂਕਿ ਕੈਨੇਡਾ ਅੱਜ ਦੀ ਡੇਟ ਦੇ ਵਿੱਚ ਹਰ ਸਟੂਡੈਂਟ ਦਾ ਜਿਹੜਾ ਬਾਹਰ ਜਾ ਕੇ ਪੜ੍ਹਾਈ ਕਰਨਾ ਚਾਹੁੰਦਾ ਉਹਦੀ ਫਸਟ ਪ੍ਰੈਫਰੈਂਸ ਬਣਿਆ ਹੋਇਆ। ਸੋ ਜਿਹੜੀ ਗੱਲ ਕਰਦੇ ਹਾਂ ਕਿ ਸੀਟਸ ਨਹੀਂ ਅਵੇਲੇਬਲ ਹੈਗੀਆਂ, ਹਾਂ ਬਹੁਤ ਸਾਰੇ ਕਮਿਊਨਿਟੀ ਕਾਲਜਸ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਜ਼ ਦੇ ਵਿੱਚ ਸੀਟਸ ਨਹੀਂ ਹੈਗੀਆਂ, ਬਟ ਇਫ ਦ ਸਟੂਡੈਂਟ ਵਾਂਟਸ ਟੂ ਗੋ ਬਹੁਤ ਸਾਰੇ ਕਾਲਜਸ ਦੇ ਵਿੱਚ ਬਹੁਤ ਯੂਨੀਵਰਸਿਟੀਜ਼ ਪ੍ਰਾਈਵੇਟ ਸਰਕਾਰੀ ਕਮਿਊਨਿਟੀ ਕਾਲਜਸ ਹਰੇਕ ਦੇ ਵਿੱਚ ਸੀਟਸ ਅਵੇਲੇਬਲ ਨੇ ਡਿਪੈਂਡਿੰਗ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਤੁਹਾਡਾ ਪ੍ਰੋਫਾਈਲ ਤੁਹਾਡਾ ਏਜੰਟ ਕਿਸ ਤਰੀਕੇ ਦੇ ਨਾਲ ਉਹਨੂੰ ਵਿਊ ਕਰਦਾ ਔਰ ਕੀ ਆਪਸ਼ਨਸ ਉਹਦੇ ਕੋਲ ਅਵੇਲੇਬਲ ਨੇ। ਬਹੁਤ ਸਾਰੇ ਏਜੰਟ ਤੁਹਾਨੂੰ ਇਸੇ ਕਰਕੇ ਮਨਾ ਕਰੀ ਜਾਂਦੇ ਕਿ ਸਪਟੰਬਰ ਇਨਟੇਕ ਹੈ ਨਹੀਂ ਜਿਹਨੂੰ ਆਪਾਂ ਕਹਿੰਦੇ ਅੰਗੂਰ ਕੱਟਿਆ, ਜੇ ਕਿਸੇ ਕੋਲ ਆਪਸ਼ਨ ਨਹੀਂ ਹੈਗੀ ਉਹਨੇ ਆਪਣੇ ਆਪ ਤੁਹਾਨੂੰ ਅਗਲੇ ਪਾਸੇ ਤੋਰਨਾ ਕਿ ਹੁਣ ਜਨਵਰੀ 2020 ਦੇ ਵਿੱਚ ਚੱਲ ਜਾਇਓ ਜਾਂ ਜੁਲਾਈ 2020 ਦੇ ਵਿੱਚ ਨੈਕਸਟ ਇਨਟੇਕ ਹੈਗਾ। ਬਟ ਐਟ ਪ੍ਰੈਜੈਂਟ ਤੁਸੀਂ ਕਿਸੇ ਵੀ ਪ੍ਰੋਫਾਈਲ ਤੋਂ ਪਲੱਸ ਟੂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੁਸੀਂ ਕੀਤੀ ਹੋਈ ਹੈ ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋ, ਮੈਂ ਗਰੰਟਿਡ ਸਪਟੰਬਰ ਇਨਟੇਕ ਤੋਂ ਪਹਿਲਾਂ ਪਹਿਲਾਂ ਤੁਹਾਡੀ ਐਡਮਿਸ਼ਨ ਕਰਾਊਂਗਾ ਔਰ ਤੁਹਾਡੀ ਪੜ੍ਹਾਈ ਦੇ ਨਾਲ ਮੈਚਿੰਗ ਕੋਰਸ ਦੇ ਵਿੱਚ ਐਡਮਿਸ਼ਨ ਹੋਏਗੀ। ਕੋਈ ਇਸ ਤਰ੍ਹਾਂ ਦਾ ਐਡਮਿਸ਼ਨ ਨਹੀਂ ਹੋਏਗੀ ਕਿ ਤੁਸੀਂ ਪਲੱਸ ਟੂ ਕਾਮਰਸ ਕੀਤੀ ਹੈ ਔਰ ਅਸੀਂ ਤੁਹਾਨੂੰ ਮੈਡੀਕਲ ਆਫਿਸ ਅਸਿਸਟੈਂਟ ਦੇ ਦਿੱਤਾ ਜਾਂ ਤੁਸੀਂ ਪਲੱਸ ਟੂ ਨੌਨ ਮੈਡੀਕਲ ਕੀਤੀ ਹੋਈ ਹੈ ਤੁਹਾਨੂੰ ਬੈਚਲਰ ਬਿਜ਼ਨਸ ਦੇ ਦਿੱਤੀ, ਤੁਹਾਡੇ ਪ੍ਰੋਫਾਈਲ ਦੇ ਨਾਲ ਰਿਲੇਟਡ ਕੋਰਸ ਦਿੱਤਾ ਜਾਏਗਾ ਔਰ ਸਾਰੀ ਚੀਜ਼ ਸਾਰੀ ਪ੍ਰੋਸੈਸਿੰਗ ਜਿਹੜੀ ਤੁਹਾਡੀ ਹੈਗੀ ਹੈ ਬਿਨਾਂ ਕੋਈ ਪੈਸਾ ਲਿੱਤੇ ਬਿਨਾਂ ਕੋਈ ਐਡਵਾਂਸ ਤੁਹਾਡੇ ਤੋਂ ਲਿੱਤੇ ਪ੍ਰੋਸੈਸਿੰਗ ਹੋਈ ਜੀ। ਸੁਪਨੀ ਜੀ ਬਹੁਤ ਸਾਰੇ ਕੰਸਲਟੈਂਟ ਇਸੇ ਕਰਕੇ ਬੱਚਿਆਂ ਨੂੰ ਜਿਹੜਾ ਗੁੰਮਰਾਹ ਕਰ ਰਹੇ ਨੇ ਕਿ ਪਬਲਿਕ ਕਾਲਜਿਸ ਦੇ ਵਿੱਚ ਜਾਓ ਜਨਵਰੀ ਸੈਸ਼ਨ ਲਈ ਜਾਓ, ਹੁਣ ਪਬਲਿਕ ਕਾਲਜ ਖਤਮ ਹੋ ਗਏ ਨੇ ਪ੍ਰਾਈਵੇਟ ਕਾਲਜ ਸ਼ੁਰੂ ਹੋ ਗਏ ਨੇ ਸੋ ਪ੍ਰਾਈਵੇਟ ਔਰ ਪਬਲਿਕ ਕਾਲਜ ਦੇ ਚੱਕਰ ਦੇ ਵਿੱਚ ਬੱਚਿਆਂ ਨੂੰ ਬਹੁਤ ਜ਼ਿਆਦਾ ਉਲਝਾਇਆ ਜਾ ਰਿਹਾ ਸੋ ਐਕਚੁਅਲ 'ਚ ਕੀ ਇਹਦੇ ਵਿੱਚ ਫਰਕ ਹੈ ਕੋਈ ਕਿ ਬੱਚੇ ਨੂੰ ਪਬਲਿਕ ਕਾਲਜ ਹੀ ਜਾਣਾ ਚਾਹੀਦਾ ਪ੍ਰਾਈਵੇਟ ਕਾਲਜ ਅਵੋਇਡ ਕਰਨੇ ਚਾਹੀਦੇ? ਦੇਖੋ ਅੱਗੇ ਜਿਹੜਾ ਹੁੰਦਾ ਸੀਗਾ ਕੈਨੇਡਾ ਦੇ ਵਿੱਚ ਜਦੋਂ SPP ਪ੍ਰੋਗਰਾਮ ਚੱਲਦਾ ਸੀ ਉਦੋਂ ਕਾਲਜਿਸ ਡਿਫਾਈਨਡ ਸੀਗੇ ਕਿ ਇਹ SPP ਕਾਲਜਿਸ ਨੇ ਇਹ ਨੌਨ SPP ਕਾਲਜਿਸ ਨੇ। ਜਦੋਂ ਦਾ SDS ਸ਼ੁਰੂ ਹੋਇਆ ਉਸ ਤੋਂ ਬਾਅਦ ਇਹ ਚੀਜ਼ ਤਾਂ ਖਤਮ ਹੋ ਗਈ ਕਿ ਕਾਲਜਿਸ ਕਿਹੜੀ ਕੈਟਾਗਰੀ 'ਚ ਆਉਂਦੇ ਆ। ਅੱਜ ਦੀ ਡੇਟ ਦੇ ਵਿੱਚ ਸਟੂਡੈਂਟ ਦਾ ਪ੍ਰੋਫਾਈਲ SDS ਦੀ ਜੇ ਮੈਂ ਅੱਜ ਗੱਲ ਕਰ ਲਾਂ ਹਰ ਬੱਚੇ ਨੂੰ ਅੱਜ ਵੀ ਕਲੀਅਰ ਨਹੀਂ ਹੈਗਾ ਕਿ ਬੇਸਿਕਲੀ SDS ਕੀ ਹੈਗਾ।
ਅਸੀਂ ਆਪਣੇ ਆਫਿਸ ਦੇ ਵਿੱਚ ਰੈਗੂਲਰਲੀ ਸਟੂਡੈਂਟਸ ਨੂੰ ਮਿਲਦੇ ਹਾਂ ਜਿਹੜਾ ਆ ਕੇ ਸਾਨੂੰ ਇਹ ਸਵਾਲ ਕਰਦਾ, ਜਿਹੜਾ ਆ ਕੇ ਇਹ ਕਹਿੰਦਾ ਕਿ ਭਾਅ ਜੀ ਮੇਰੀ SDS ਕਾਲਜ 'ਚ ਐਡਮਿਸ਼ਨ ਹੋ ਜੂਗੀ ਕਿ ਮੈਂ SDS ਕਾਲਜ 'ਚ ਪੜ੍ਹਨ ਜਾਣਾ ਚਾਹੁੰਦਾ। ਜਦੋਂ ਦਾ SPP ਤੋਂ SDS ਦੇ ਵਿੱਚ ਟ੍ਰਾਂਸਫਾਰਮੇਸ਼ਨ ਹੋਈ ਹੈ, ਕੋਈ ਵੀ ਕਾਲਜ SDS ਕਾਲਜ ਨਹੀਂ ਹੈਗਾ। SDS ਇਜ਼ ਅ ਕੈਟੇਗਰੀ ਟੂ ਅਪਲਾਈ ਯੋਰ ਵੀਜ਼ਾ, ਤੁਸੀਂ ਉਸ ਕੈਟੇਗਰੀ 'ਚ ਵੀਜ਼ਾ ਅਪਲਾਈ ਕਰ ਸਕਦੇ ਹੋ। ਉਹਦੀਆਂ ਜਿਹੜੀਆਂ 3 ਸ਼ਰਤਾਂ, ਉਹ 3ੋਂ ਸ਼ਰਤਾਂ ਵੀ ਤੁਹਾਡੇ 'ਤੇ ਲੱਗਦੀਆਂ, ਨਾ ਕਿ ਉਸ ਕਾਲਜ ਜਾਂ ਯੂਨੀਵਰਸਿਟੀ 'ਤੇ ਐਪਲੀਕੇਬਲ ਨਹੀਂ ਹੁੰਦੀਆਂ। 3 ਸ਼ਰਤਾਂ ਤੁਸੀਂ ਪੂਰੀਆਂ ਕਰਦੇ ਹੋ, ਕੈਨੇਡਾ ਦੇ ਕਿਸੇ ਵੀ ਕਾਲਜ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਤੁਸੀਂ SDS ਕੈਟੇਗਰੀ 'ਚ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਮੈਂ ਦੁਬਾਰਾ ਦੱਸ ਦਿੰਦਾ, 3 ਸ਼ਰਤਾਂ ਕੀ ਹੈਗੀਆਂ। ਆਇਲਟਸ ਦੇ ਵਿੱਚ 6 ਈਚ ਬੈਂਡ ਹੋਣੇ ਚਾਹੀਦੇ ਆ। ਸਭ ਤੋਂ ਪਹਿਲੀ ਸ਼ਰਤ ਇਹ ਹੈ, PTE TOEFL ਹੋਰ ਕੋਈ ਚੀਜ਼ ਨਹੀਂ ਚੱਲਣੀ। ਆਇਲਟਸ ਦੀ ਗੱਲ ਕਰਦੇ ਹੋ, ਇਕੁਇਵਲੈਂਸੀ ਦੀ ਗੱਲ ਨਹੀਂ ਕਰਦੇ। ਆਇਲਟਸ 6 ਈਚ ਤੁਹਾਡੇ ਬੈਂਡ ਹੈਗੇ ਆ, ਤੁਸੀਂ ਐਲੀਜੀਬਲ ਹੋ ਆਪਣਾ SDS ਦੇ ਵਿੱਚ ਵੀਜ਼ਾ ਅਪਲਾਈ ਕਰਨ ਦੇ ਵਿੱਚ। ਕਾਲਜ ਕਿਹੜਾ, ਯੂਨੀਵਰਸਿਟੀ ਕਿਹੜੀ, ਕੋਰਸ ਕਿਹੜਾ, ਇਰਰੈਲੀਵੈਂਟ ਹੈ, ਉਹ ਬੈਟਰ ਹੀ ਨਹੀਂ ਕਰਦਾ। ਦੂਸਰੀ ਸ਼ਰਤ, ਜੇ ਤੁਸੀਂ ਐਲੀਜੀਬਲ ਹੋ 6 ਈਚ ਦੇ, ਫਿਰ ਤੁਸੀਂ 1 ਸਾਲ ਦੀ ਫੀਸ ਆਪਣੀ ਉਸ ਕਾਲਜ ਯੂਨੀਵਰਸਿਟੀ ਨੂੰ ਜਿਸ 'ਚ ਤੁਸੀਂ ਵੀਜ਼ਾ ਆਪਣੀ ਐਡਮਿਸ਼ਨ ਲਈ ਹੈ, ਉਹਦੇ ਵਿੱਚ 1 ਸਾਲ ਦੀ ਫੀਸ ਤੁਸੀਂ ਟ੍ਰਾਂਸਫਰ ਕਰੋਗੇ, ਉਹਦੀ ਰਿਸੀਟ ਨਾਲ ਲੱਗੇਗੀ। ਤੀਸਰੀ ਸ਼ਰਤ ਹੈ GIC, ਜੋ ਕਿ ਅੱਜ ਦੀ ਡੇਟ ਦੇ ਵਿੱਚ ਜੇ ਦੇਖਿਆ ਜਾਏ ਸਟੂਡੈਂਟ SDS ਹੈ ਜਾਂ ਨੋਨ SDS ਦੇ ਵਿੱਚ ਅਪਲਾਈ ਕਰਦਾ, ਮੋਸਟਲੀ ਹਰ ਸਟੂਡੈਂਟ GIC ਕਰਾਉਣ ਲੱਗ ਗਿਆ, ਕਿਉਂਕਿ ਉਹਦੇ ਨਾਲ ਵੀਜ਼ਾ ਸਕਸੈਸ ਰੇਟ ਜ਼ਿਆਦਾ ਨਿਕਲਦਾ ਰਾਦਰ ਦੈਨ ਨੋਨ GIC ਕੇਸਿਸ ਦੇ। ਸੋ ਆਹ 3 ਸ਼ਰਤਾਂ ਜਿਹੜਾ ਸਟੂਡੈਂਟ ਪੂਰੀਆਂ ਕਰਦਾ, ਉਹ ਜਿਹੜੇ ਮਰਜ਼ੀ ਕੈਨੇਡਾ ਦੇ ਪ੍ਰੋਵਿੰਸ ਦੇ ਵਿੱਚ, ਜਿਹੜੇ ਮਰਜ਼ੀ ਕਾਲਜ ਯੂਨੀਵਰਸਿਟੀ ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰੇ, ਇਰਰੈਲੀਵੈਂਟ ਆਫ ਐਵਰੀਥਿੰਗ, ਉਹ SDS ਕੈਟੇਗਰੀ 'ਚ ਵੀਜ਼ਾ ਅਪਲਾਈ ਕਰ ਸਕਦਾ। ਇਹ ਸਾਰੀਆਂ ਚੀਜ਼ਾਂ 6 ਈਚ ਹੋਣ ਦੇ ਬਾਵਜੂਦ, ਜੇ ਸਟੂਡੈਂਟ ਸਾਲ ਦੀ ਫੀਸ ਟ੍ਰਾਂਸਫਰ ਨਹੀਂ ਕਰਦਾ ਜਾਂ 6 ਮਹੀਨੇ ਦੀ ਫੀਸ ਟ੍ਰਾਂਸਫਰ ਕਰਦਾ ਜਾਂ GIC ਨਹੀਂ ਟ੍ਰਾਂਸਫਰ ਕਰਦਾ, ਉਹ ਨੋਨ SDS ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰ ਸਕਦਾ। ਬਟ ਜੇ ਸਟੂਡੈਂਟ ਦੇ 6 ਈਚ ਨਹੀਂ ਹੈਗੇ, ਉਹ SDS ਦੇ ਵਿੱਚ ਅਪਲਾਈ ਹੀ ਨਹੀਂ ਕਰ ਸਕਦਾ। ਸੋ ਉਹ ਚੈਪਟਰ ਖਤਮ ਹੋ ਗਿਆ ਜਿਹਦੇ ਵਿੱਚ SPP ਕਾਲਜਸ ਅਤੇ ਨੋਨ SPP ਕਾਲਜਸ ਹੁੰਦੇ ਸੀ। ਹੁਣ SDS ਕਾਲਜਸ ਅਤੇ ਨੋਨ SDS ਕਾਲਜਸ ਨਹੀਂ ਹੈਗੇ। ਤੁਹਾਡਾ ਪ੍ਰੋਫਾਈਲ ਹੈ ਕਿ ਉਹ ਪ੍ਰੋਫਾਈਲ ਜੇ ਮੈਚ ਕਰਦਾ ਤਾਂ ਤੁਸੀਂ SDS ਕੈਟੇਗਰੀ 'ਚ ਵੀਜ਼ਾ ਅਪਲਾਈ ਕਰ ਸਕਦੇ। ਜੀ ਸੁਪਨੀਤ ਜੀ, ਮੇਰੇ ਖਿਆਲ 'ਚ ਬੱਚੇ ਬਹੁਤ ਜ਼ਿਆਦਾ ਸਮਝਦਾਰ ਹੋ ਗਏ ਹੋਣਗੇ, ਕਿਉਂਕਿ ਪਹਿਲਾਂ ਬੱਚੇ ਕਹਿੰਦੇ ਸੀ ਕਿ ਮੈਂ ਸਰਕਾਰੀ ਕਾਲਜ 'ਚ ਜਾਣਾ, ਪ੍ਰਾਈਵੇਟ 'ਚ ਨਹੀਂ ਜਾਣਾ। ਅੱਜ ਤੋਂ ਬੱਚਾ ਜਦੋਂ ਵੀਜ਼ਾ ਲੈਂਦਾ ਕਿਸੇ ਸਰਕਾਰੀ ਕਾਲਜ ਦੇ ਵਿੱਚ, ਜਾ ਕੇ ਪਤਾ ਲੱਗਦਾ ਕਿ ਮੈਨੂੰ 5 ਦਿਨ ਜਾਂ 4 ਦਿਨ ਪੜ੍ਹਨਾ ਪੈਣਾ ਜੀ, ਤਾਂ ਬੱਚਾ ਉੱਥੇ ਪ੍ਰਾਈਵੇਟ ਕਾਲਜ ਦੇ ਵਿੱਚ ਐਡਮਿਸ਼ਨ ਲੈ ਲੈਂਦਾ ਸਰਕਾਰੀ ਕਾਲਜ ਛੱਡ ਕੇ। ਸੋ ਜਿਹੜੇ ਬੱਚਿਆਂ ਦੇ ਰਿਸ਼ਤੇਦਾਰ ਆਲਰੇਡੀ ਗਏ ਹੋਣਗੇ, ਦੋਸਤ ਗਏ ਹੋਣਗੇ, ਉਹਨਾਂ ਨੇ ਸਰਕਾਰੀ ਕਾਲਜ ਛੱਡ ਕੇ ਪ੍ਰਾਈਵੇਟ ਕਾਲਜ ਐਡਮਿਸ਼ਨਾਂ ਲੈਣੀਆਂ। ਸ਼ਾਇਦ ਇਸੇ ਕਰਕੇ ਅੱਜ ਬੱਚਾ ਪ੍ਰਾਈਵੇਟ ਕਾਲਜ ਨੂੰ ਮੂਵ ਕਰੇ, ਕਿਉਂਕਿ ਸਰਕਾਰੀ 'ਚ ਐਡਮਿਸ਼ਨਾਂ ਨਹੀਂ ਮਿਲਦੀਆਂ ਪਈਆਂ। ਬੱਚਾ ਕਹਿੰਦਾ ਮੈਂ ਪ੍ਰਾਈਵੇਟ ਕਾਲਜ 'ਚ ਜਾਵਾਂ, ਉੱਥੇ ਜਾ ਕੇ ਉੱਥੇ ਕਾਲਜ ਬਦਲਣਾ ਹੀ ਆ, ਕਿਉਂ ਨਾ ਪਹਿਲਾਂ ਪ੍ਰਾਈਵੇਟ ਕਾਲਜ 'ਚ ਚੱਲਦਾ। ਦੇਖੋ ਮਨੀਸ਼ ਜੀ, ਇਹਦੇ ਵਿੱਚ ਜੇ ਆਪਾਂ ਆ ਜਾਈਏ ਨਾ, ਤਾਂ ਇਹ ਹਰ ਬੱਚੇ ਦੀ, ਹਰ ਸਟੂਡੈਂਟ ਦੀ ਜਾਂ ਹਰ ਫੈਮਿਲੀ ਦੀ ਆਪਣੀ ਚੁਆਇਸ ਹੈ, ਆਪਣੀਆਂ ਪ੍ਰਾਇਰਟੀਜ਼ ਨੇ। ਜਿਹੜਾ ਸਟੂਡੈਂਟ ਪੰਜਾਬ ਤੋਂ ਬਾਹਰ ਜਾਂਦਾ, ਬਹੁਤ ਸਾਰੇ ਰੀਜ਼ਨਸ ਨੇ ਕਿਸੇ ਸਟੂਡੈਂਟ ਦੇ ਬਾਹਰ ਜਾਣ ਦੇ, ਔਰ ਉਹ ਆਪਣੇ ਤਰੀਕੇ ਦੇ ਨਾਲ, ਆਪਣੀ ਕੰਡੀਸ਼ਨਸ, ਆਪਣਾ ਕਿਸ ਲੈਵਲ 'ਤੇ ਉਹ ਸਟੈਂਡ ਕਰਦਾ ਜਾਂ ਉਹਦੀ ਪ੍ਰਾਇਰਿਟੀ ਕੀ ਹੈ, ਉਹਦਾ ਰੀਜ਼ਨ ਕੀ ਹੈ ਬਾਹਰ ਜਾਣ ਦਾ, ਉਹਦੇ 'ਤੇ ਡਿਪੈਂਡ ਕਰਦਾ ਕਿ ਉਹ ਕਿਹੜੇ ਕਾਲਜ ਯੂਨੀਵਰਸਿਟੀ ਜਾਣਾ ਚਾਹੁੰਦਾ, ਕਿਉਂ ਜਾਣਾ ਚਾਹੁੰਦਾ। ਇਹਦੇ ਬੜੇ ਸਿੰਪਲ ਰੀਜ਼ਨਸ ਨੇ। ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਕਿ ਕਈ ਸਟੂਡੈਂਟ ਬਾਹਰ ਜਾਂਦੇ ਆ ਜਿਹੜਾ ਕਹਿੰਦਾ ਕਿ ਮੈਂ 5 ਦਿਨ ਕਲਾਸਾਂ ਨਹੀਂ ਲਾ ਸਕਦਾ। ਹੁਣ ਜਿਹੜਾ ਸਟੂਡੈਂਟ 5 ਦਿਨ ਕਲਾਸਾਂ ਨਹੀਂ ਲਾ ਸਕਦਾ, ਉਹਨੂੰ ਤੁਸੀਂ ਕਿਸੇ ਯੂਨੀਵਰਸਿਟੀ ਜਾਂ ਉਸ ਗਵਰਨਮੈਂਟ ਕਾਲਜ ਦੇ ਵਿੱਚ ਐਡਮਿਸ਼ਨ ਕਰਾ ਦਿਓ ਕਿ ਉਹਨੂੰ 5 ਦਿਨ ਕਲਾਸਾਂ ਲਾਉਣੀਆਂ ਪੈਣ, ਜਦਕਿ ਪਿੱਛੋਂ ਉਹਦੇ ਘਰਦਿਆਂ ਕੋਲ ਪੈਸੇ ਨਾ ਹੋਣ ਉਹਨੂੰ ਭੇਜਣ ਲਈ। ਕਿਉਂਕਿ ਜਦੋਂ ਤੁਸੀਂ 5 ਦਿਨ ਕਲਾਸਾਂ ਲਾਉਂਦੇ ਹੋ, ਤਾਂ ਉਸ ਤੋਂ ਬਾਅਦ ਤੁਹਾਨੂੰ ਕੰਮ ਕਰਨ ਦਾ ਟਾਈਮ ਘੱਟ ਜਾਂਦਾ। 20 ਆਵਰਸ ਜਿਹੜਾ ਤੁਹਾਨੂੰ ਕੰਮ ਕਰਨ ਦੀ ਪਰਮਿਸ਼ਨ ਹੈਗੀ ਹੈ, ਉਹ 2 ਦਿਨਾਂ ਦੇ ਵਿੱਚ ਹੁਣ ਤੁਸੀਂ 10-10 ਘੰਟੇ ਦਾ ਕੰਮ ਕਰ ਨਹੀਂ ਸਕਦੇ। ਔਨ ਦੀ ਅਦਰ, ਇੱਦਾਂ ਦਾ ਜਿਹੜਾ ਸਟੂਡੈਂਟ ਹੈ, ਉਹ ਇੱਕ ਪ੍ਰੈਫਰੈਂਸ ਲੈ ਕੇ ਚੱਲਦਾ ਕਿ ਮੈਂ ਇੱਕ ਪ੍ਰਾਈਵੇਟ ਕਾਲਜ 'ਚ ਪੜ੍ਹ ਲਵਾਂ, ਮੈਨੂੰ 2 ਦਿਨ ਕਲਾਸਾਂ ਲੱਗਦੀਆਂ, ਸੈਟਰਡੇ ਸੰਡੇ ਕਲਾਸਾਂ ਲੱਗਦੀਆਂ, ਮੈਂ 5 ਦਿਨ ਕੰਮ ਕਰ ਸਕਦਾ, ਸੋ ਦੈਟ ਮੈਂ ਆਪਣੀ ਪੜ੍ਹਾਈ ਵੀ ਨਾਲ ਕਰ ਲਈ, ਉਹਨੇ ਕੁ ਪੈਸੇ ਕਮਾ ਲਏ ਕਿ ਮੈਂ ਆਪਣੀ ਅਗਲੀ ਫੀਸ ਕੱਢ ਸਕਾਂ, ਲਿਵਿੰਗ ਐਕਸਪੈਂਸ ਉਹਦੇ ਉਹਨੂੰ GIC ਤੋਂ ਆ ਹੀ ਰਹੇ। ਔਨ ਦੀ ਅਦਰ ਹੈਂਡ, ਹੁਣ ਦੂਜੇ ਪਾਸੇ ਆ ਜਾਈਏ, ਸਟੂਡੈਂਟ ਕਹਿੰਦਾ ਮੇਰੀ ਪ੍ਰੈਫਰੈਂਸ ਹੀ ਪੜ੍ਹਾਈ ਹੈ, ਮੇਰੇ ਘਰਦਿਆਂ ਕੋਲ ਪੈਸੇ ਹੈਗੇ ਆ, ਸਾਲ ਦੀ ਫੀਸ ਮੈਂ ਦੇਤੀ, GIC ਦੇਤੀ, ਦੂਜੇ ਸਾਲ ਦੀ ਫੀਸ ਉਹਨਾਂ ਕੋਲ ਤਿਆਰ ਪਈ ਹੈ, ਜਿਸ ਦਿਨ ਕਾਲਜ ਯੂਨੀਵਰਸਿਟੀ ਮੰਗੂਗਾ ਉਦਣ ਟ੍ਰਾਂਸਫਰ ਕਰ ਲਵਾਂਗਾ। ਹੁਣ ਇੱਦਾਂ ਦਾ ਜਿਹੜਾ ਸਟੂਡੈਂਟ ਹੈ, ਉਹ ਜਾ ਕੇ ਕਹਿੰਦਾ ਹਾਂ ਮੈਨੂੰ 5 ਦਿਨ ਪੜ੍ਹਨਾ ਵੀ ਮਨਜ਼ੂਰ ਹੈ, ਮੈਂ ਪੜ੍ਹਾਈ 'ਚ ਵੀ ਚੰਗਾ ਹੈਗਾ ਵਾਂ, ਮੇਰੀ ਪਰਸੈਂਟੇਜ ਵੀ ਪਿੱਛੋਂ ਚੰਗੀ ਹੈ, ਅਕੈਡਮਿਕਲੀ ਸਟਰੋਂਗ ਸਟੂਡੈਂਟ ਹੈ, ਉਹ ਇੱਕ ਚੰਗੀ ਯੂਨੀਵਰਸਿਟੀ ਜਾਂ ਚੰਗੇ ਕਮਿਊਨਿਟੀ ਕਾਲਜ ਨਾਲੋਂ ਵੀ ਚੰਗੀ ਯੂਨੀਵਰਸਿਟੀ ਜਾ ਕੇ ਪੜ੍ਹਾਈ ਕਰਦਾ। ਹੁਣ ਆਪਾਂ ਆ ਜਾਂਦੇ ਕਿ ਕਈ ਵਾਰੀ ਸਟੂਡੈਂਟ ਕੋਲ ਆਪਸ਼ਨ ਨਹੀਂ ਮਿਲਦੀ, ਉਹ ਕਹਿੰਦਾ ਕਿ ਕਮਿਊਨਿਟੀ ਕਾਲਜ ਦੇ ਵਿੱਚ ਪੜ੍ਹਨ ਜਾਣਾ ਚਾਹੁੰਦਾ, ਬਟ ਕਮਿਊਨਿਟੀ ਕਾਲਜ ਦੇ ਵਿੱਚ ਸਪਟੰਬਰ ਇਨਟੇਕ ਦੀ ਸੀਟ ਨਹੀਂ ਹੈਗੀ। ਅਗਲਾ ਇਨਟੇਕ ਕਿਹੜਾ ਜੀ? ਜਨਵਰੀ ਇਨਟੇਕ ਦੇ ਵਿੱਚ ਆ।
ਹੁਣ ਉੱਥੇ ਵੀ ਸਟੂਡੈਂਟ ਦੀ ਕੈਲਕੂਲੇਸ਼ਨ ਹੈ, ਸਟੂਡੈਂਟ ਕੈਲਕੂਲੇਟ ਕਰਦਾ ਕਿ ਅੱਜ ਮੈਂ ਸਪਤੰਬਰ ਇਨਟੇਕ ਲਈ ਐਡਮਿਸ਼ਨ ਲੈਂਦਾ ਵਾਂ, ਮੇਰਾ ਅਗਸਤ ਤੱਕ ਵੀਜ਼ਾ ਆ ਜਾਂਦਾ, ਜੁਲਾਈ 'ਚ ਵੀਜ਼ਾ ਆ ਜਾਂਦਾ, ਮੈਂ ਅਗਸਤ ਦੇ ਵਿੱਚ ਟਰੈਵਲ ਕਰਦਾ, ਇੱਕ ਪ੍ਰਾਈਵੇਟ ਕਾਲਜ ਦੇ ਵਿੱਚ ਮੈਨੂੰ ਸਪਤੰਬਰ ਇਨਟੇਕ ਮਿਲ ਰਿਹਾ, ਮੈਂ ਅਗਸਤ ਦੇ ਵਿੱਚ ਟਰੈਵਲ ਕਰ ਜਾਵਾਂਗਾ। ਔਨ ਦੀ ਅਦਰ ਹੈਂਡ ਮੈਂ ਜਨਵਰੀ ਇਨਟੇਕ ਲਈ ਵੇਟ ਕਰਾਂਗਾ ਕਿਸੇ ਕਮਿਊਨਿਟੀ ਕਾਲਜ ਦੇ ਵਿੱਚ ਮੈਨੂੰ ਐਡਮਿਸ਼ਨ ਮਿਲੇ। ਸੋ ਔਗਸਤ, ਸਪਟੈਂਬਰ, ਅਕਤੂਬਰ, ਨਵੰਬਰ, ਡਿਸੰਬਰ, ਜਨਵਰੀ, 6 ਮਹੀਨੇ ਸਟੂਡੈਂਟ ਕੈਲਕੂਲੇਟ ਕਰਦਾ ਕਿ 6 ਮਹੀਨੇ ਮੈਂ ਇੱਥੇ ਰਹੂੰਗਾ, ਇੱਕ ਮੇਰਾ ਟਾਈਮ ਵੇਸਟ ਹੈ, ਇੱਥੇ ਮੇਰੇ ਕੋਲ ਆਲਰੇਡੀ ਕੁਛ ਕਰਨ ਨੂੰ ਹੈ ਨਹੀਂ, ਸਾਰਾ ਦਿਨ ਇਹੀ ਸੋਚਦਾ ਰਹੂੰਗਾ ਕਦੋਂ ਮੇਰਾ ਵੀਜ਼ਾ ਲੱਗੇਗਾ, ਕਦੋਂ ਮੈਂ ਜਾਊਂਗਾ। ਔਨ ਦੀ ਅਦਰ ਹੈਂਡ 6 ਮਹੀਨੇ ਪਹਿਲਾਂ ਮੈਂ ਪਹੁੰਚ ਗਿਆ, ਉਹ 6 ਮਹੀਨੇ ਮੈਂ ਇੱਕ ਪ੍ਰਾਈਵੇਟ ਕਾਲਜ ਦੇ ਵਿੱਚ ਲਾਏ, 6 ਮਹੀਨੇ ਪੜ੍ਹਾਈ ਕੀਤੀ, ਨਾਲ ਕੰਮ ਕੀਤਾ, ਇੱਥੇ ਬਹਿ ਕੇ ਵਿਹਲਾ ਕੋਈ ਟਾਈਮ ਨਹੀਂ ਆਪਣਾ ਵੇਸਟ ਕੀਤਾ, ਘਰ ਦੇ ਵੀ ਪਰੇਸ਼ਾਨ ਕਿ ਪਤਾ ਨਹੀਂ ਕਿੱਥੇ ਮੁੰਡਾ ਚਲਾ ਗਿਆ। 6 ਮਹੀਨੇ ਸਟੱਡੀ ਗੈਪ ਪੈ ਜਾਏਗਾ, ਜੇ ਬੱਚਾ ਵੇਟ ਕਰੇ ਫਿਰ ਪਤਾ ਨਹੀਂ ਐਡਮਿਸ਼ਨ ਮਿਲਣੀ ਕਿ ਨਹੀਂ ਮਿਲਣੀ। ਬਿਲਕੁਲ, ਔਰ ਰੂਲਸ ਦਾ ਕੁਛ ਨਹੀਂ ਪਤਾ, ਅੱਜ ਰੂਲ ਕੀ ਨੇ, ਕੱਲ੍ਹ ਰੂਲ ਕੀ ਨੇ, ਕੋਈ ਵੀ ਕੰਟਰੀ ਕਿਸੇ ਵੀ ਟਾਈਮ ਆਪਣੀ ਵੀਜ਼ਾ ਦੀ ਜਿਹੜੀ ਵੀਜ਼ਾ ਦੇਣ ਦੀ ਜਿਹੜੀ ਸਟਰੈਟਜੀ ਉਹਨੂੰ ਚੇਂਜ ਕਰ ਸਕਦੀ। ਚਲੋ ਆਪਾਂ ਕੈਨੇਡਾ ਦੀ ਗੱਲ ਕਰ ਰਹੇ ਹਾਂ ਅਤੇ ਕੈਨੇਡਾ ਪੜ੍ਹਾਈ ਵੀਜ਼ਾ ਦੇ ਜਿਹੜੇ ਬੱਚੇ ਜਾਂਦੇ ਨੇ ਉਹਨਾਂ ਬਾਰੇ ਆਪਾਂ ਚਰਚਾ ਕਰ ਰਹੇ ਹਾਂ, ਔਰ ਦਰਸ਼ਕਾਂ ਨੂੰ ਦੱਸ ਦਈਏ ਕਿ ਓਮ ਗਲੋਬਲ ਤੋਂ ਵੀਜ਼ਾ ਐਕਸਪਰਟ ਪੁਨੀਤ ਖੰਨਾ ਜੀ ਸਾਡਾ ਇਸ ਮੰਚ 'ਤੇ ਗੱਲਬਾਤ ਕਰ ਰਹੇ ਨੇ। 9161 9167 ਨੰਬਰ 'ਤੇ ਕਾਲ ਕਰ ਸਕਦੇ ਹੋ, ਤੁਹਾਡੇ ਪਿੰਡ ਸ਼ਹਿਰ ਦੇ ਆਸ ਪਾਸ ਜਿਹੜਾ ਵੀ ਓਮ ਗਲੋਬਲ ਦਾ ਦਫ਼ਤਰ ਆ। ਬਹੁਤ ਜਲਦੀ ਓਮ ਗਲੋਬਲ ਵੱਲੋਂ ਇੱਕ ਸੈਮੀਨਾਰ ਸ਼ੁਰੂ ਕੀਤੇ ਜਾ ਰਹੇ ਨੇ, ਉਹਨਾਂ ਸੈਮੀਨਾਰ ਦਾ ਤੁਸੀਂ ਹਿੱਸਾ ਬਣ ਸਕਦੇ ਹੋ। ਬਹੁਤ ਜਲਦੀ ਤੁਹਾਨੂੰ ਜਿਹੜੀਆਂ ਡੇਟਸ ਅਨਾਊਂਸ ਕਰ ਦਿੱਤੀਆਂ ਜਾਣਗੀਆਂ ਇਸੇ ਟੀਵੀ ਸ਼ੋਅ 'ਤੇ, ਇਸੇ ਮੰਚ ਦੇ ਉੱਤੇ। ਇਹਨਾਂ ਦੇ ਫੇਸਬੁੱਕ ਪੇਜ ਨੂੰ ਫੋਲੋ ਕਰ ਸਕਦੇ ਹੋ, ਯੂਟਿਊਬ ਚੈਨਲ ਨੂੰ ਫੋਲੋ ਕਰ ਸਕਦੇ ਹੋ, ਤਾਂ ਕਿ ਤੁਹਾਨੂੰ ਘਰ ਬੈਠੇ ਹੀ ਪਤਾ ਲੱਗ ਸਕੇ ਕਿ ਸੈਮੀਨਾਰ ਕਿਹੜੇ ਕਿਹੜੇ ਸ਼ਹਿਰਾਂ ਦੇ ਵਿੱਚ ਕਿਹੜੀ ਕਿਹੜੀ ਡੇਟਸ ਨੂੰ, ਔਰ ਖਾਸ ਕੀ ਰਹੇਗਾ ਸੈਮੀਨਾਰਸ ਦੇ ਵਿੱਚ। 9161 9167 ਨੰਬਰ 'ਤੇ ਕਾਲ ਕਰਕੇ ਕੈਨੇਡਾ ਜਾਣ ਬਾਰੇ ਕੋਈ ਵੀ ਜਾਣਕਾਰੀ ਸਟੂਡੈਂਟ ਵੀਜ਼ਾ ਸੰਬੰਧੀ ਤੁਸੀਂ ਹਾਸਲ ਕਰ ਸਕਦੇ ਹੋ। ਪੁਨੀਤ ਖੰਨਾ ਜੀ ਨੂੰ ਮਿਲਣਾ ਚਾਹੁੰਦੇ ਹੋ ਤਾਂ ਅਪੋਇੰਟਮੈਂਟ ਜ਼ਰੂਰ ਫਿਕਸ ਕਰ ਲਓ, 9161 9167 ਨੰਬਰ 'ਤੇ ਕਾਲ ਕਰਕੇ। ਸੋ ਪੁਨੀਤ ਜੀ, ਬਹੁਤ ਸਾਰੇ ਬੱਚੇ ਇਹੋ ਜਿਹੇ ਜਿਹੜੇ ਪਿਛਲੇ ਸੈਸ਼ਨਸ ਦੇ ਵਿੱਚ ਮਈ ਦੇ ਵਿੱਚ ਜਾਂ ਜਨਵਰੀ ਦੇ ਵਿੱਚ ਰਿਫਿਊਜ਼ ਹੋ ਚੁੱਕੇ ਨੇ ਜੀ, ਕੋਈ ਇੱਕ ਵਾਰ ਰਿਫਿਊਜ਼ ਆ, ਕੋਈ 2 ਵਾਰ, ਕੋਈ 3 ਵਾਰ ਜੀ, ਕੀ ਉਹਨਾਂ ਦੇ ਕੇਸ ਨੂੰ ਤੁਸੀਂ ਐਜ਼ ਏ ਚੈਲੰਜ ਲੈ ਸਕਦੇ ਹੋ ਸਤੰਬਰ ਸੈਸ਼ਨ ਲਈ? ਬਿਲਕੁਲ 100% ਲੈ ਸਕਦੇ ਜੀ। ਜਿਹੜਾ ਕੈਨੇਡਾ ਦੇ ਵਿੱਚ ਸਾਡਾ ਆਫਿਸ ਹੈ, ICCRC ਮੈਂਬਰਸ ਨੇ, ਜਿਹੜੇ ਪੈਨਲ ਤੇ ਨਹੀਂ ਹੈਗੇ ਬਟ ਓਮ ਗਲੋਬਲ ਦੀ ਟੀਮ ਦਾ ਇੱਕ ਪਾਰਟ ਨੇ, ਓਮ ਗਲੋਬਲ ਦੇ ਨਾਲ ਦਿਨ ਰਾਤ ਲੱਗ ਕੇ ਫਾਈਲਾਂ ਦੇ ਉੱਤੇ ਵਿੱਚ ਬਹਿ ਕੇ ਕੰਮ ਕਰਦੇ ਨੇ। ਸੋ ਕਿਸੇ ਵੀ ਤਰ੍ਹਾਂ, ਕਿਸੇ ਵੀ ਰੀਜ਼ਨ ਕਰਕੇ ਤੁਹਾਡਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੈਗਾ, ਉਹਦੇ ਵਿੱਚ ਕਿਤੇ ਵੀ ਕੋਈ ਫਰੋਡ ਡਾਕੂਮੈਂਟ ਕਰਕੇ ਤੁਹਾਡੀ ਫਾਈਲ ਰਿਫਿਊਜ਼ ਨਹੀਂ ਹੋਈ, ਕੋਈ ਬੈਨ ਨਹੀਂ ਲੱਗਾ ਤੁਹਾਡੇ 'ਤੇ, ਇੱਕ ਜਨਰਲ ਰੀਜ਼ਨ ਕਰਕੇ, ਚਾਹੇ ਉਹ ਇੰਗਲਿਸ਼ ਹੈ, ਚਾਹੇ ਉਹ ਅਕੈਡਮਿਕ ਪ੍ਰੋਫੀਸ਼ੀਐਂਸੀ ਹੈ, ਚਾਹੇ ਉਹ ਗੈਪ ਦੇ ਕਰਕੇ ਹੈ, ਕੋਈ ਵੀ ਰੀਜ਼ਨ ਤੁਹਾਨੂੰ ਲੱਗਦਾ ਕਿ ਹਾਂ ਤੁਹਾਡੇ ਡਾਕੂਮੈਂਟ ਸਾਰੇ ਸਹੀ ਸੀਗੇ ਬਟ ਤੁਹਾਨੂੰ ਵੀਜ਼ਾ ਨਹੀਂ ਮਿਲਿਆ, ਤੁਸੀਂ ਆਪਣੇ ਡਾਕੂਮੈਂਟਸ ਲਓ, ਆਪਣੀ ਰਿਫਿਊਜ਼ਲ ਲੈਟਰ ਲਓ, ਉਹ ਚਾਹੇ 1 ਰਿਫਿਊਜ਼ਲ ਲੈਟਰ ਹੈ, ਚਾਹੇ 5 ਰਿਫਿਊਜ਼ਲ ਲੈਟਰਸ ਨੇ, ਉਹ ਲੈ ਕੇ ਸਾਡੇ ਕੋਲ ਆਫਿਸ ਵਿਜ਼ਿਟ ਕਰੋ। ਆਈ ਪ੍ਰੋਮਿਸ ਯੂ ਕਿ ਅਸੀਂ ਤੁਹਾਡਾ ਵੀਜ਼ਾ ਰੀਅਪਲਾਈ ਕਰਾਂਗੇ, ਕੋਈ ਵੀ ਪੈਸਾ ਤੁਸੀਂ, ਚਾਹੇ ਤੁਹਾਡਾ ਵੀਜ਼ਾ ਰਿਫਿਊਜ਼ ਹੈ 4 ਵਾਰੀ, ਚਾਹੇ ਨਹੀਂ ਰਿਫਿਊਜ਼, ਕੋਈ ਵੀ ਪੈਸਾ ਤੁਸੀਂ ਪਹਿਲਾਂ ਨਹੀਂ ਦੇਣਾ। ਇੱਕ ਰਿਫਿਊਜ਼ਲ ਕੇਸ ਨੂੰ ਵੀ ਅਸੀਂ ਇੱਕ ਚੈਲੰਜ ਦੇ ਰੂਪ 'ਚ ਦੇਖਦੇ ਹਾਂ, ਕੋਈ ਅੰਬੈਸੀ ਫੀਸ ਵੀ ਤੁਹਾਡੀ ਇਨਵੈਸਟ ਨਹੀਂ ਹੋਊਗੀ, ਤਾਂ ਜੋ ਜੇ ਦੁਬਾਰਾ ਤੁਹਾਨੂੰ ਰਿਜ਼ਲਟ ਪੋਜ਼ਿਟਿਵ ਨਹੀਂ ਮਿਲਦਾ, ਉਹ ਲੌਸ ਜਿਹੜਾ ਉਹ ਓਮ ਗਲੋਬਲ ਬੇਅਰ ਕਰੇਗਾ, ਰਾਦਰ ਦੈਨ ਉਹ ਸਟੂਡੈਂਟ ਜਿਹੜਾ 4 ਵਾਰੀ ਵੀਜ਼ਾ ਰਿਫਿਊਜ਼ ਜੀ। ਸੋ ਸਭ ਤੋਂ ਮੁੱਦਾ ਇਹ ਵੱਡਾ ਇਹ ਹੈ ਕਿ ਜਦੋਂ SDS ਕੈਟੇਗਰੀ ਦੀ ਗੱਲ ਕਰਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਕਿ 6 ਓਵਰਆਲ 6 ਈਚ ਬਣ ਚਾਹੀਦੇ ਜੀ। ਹਰ ਇੱਕ ਕੰਸਲਟੈਂਟ ਜਿਹੜਾ ਨੂੰ ਪਤਾ ਕਿ 6 ਓਵਰਆਲ 6 ਈਚ SDS ਪ੍ਰੋਫਾਈਲ ਹੈ, 1 ਸਾਲ ਦੀ ਫੀਸ ਭਰੀ, GIC ਭਰਿਆ ਤਾਂ ਵੀਜ਼ਾ ਆ ਜਾਣਾ ਜੀ। ਖੁਦਾ ਨਾ ਖਾਸਤਾ ਵੀਜ਼ਾ ਰਿਜੈਕਟ ਹੋ ਜਾਂਦਾ, ਦੂਜੀ ਵਾਰ ਰੀਅਪਲਾਈ ਕੀਤੇ ਵੀਜ਼ਾ ਆ ਜਾਂਦਾ, ਤੀਜੀ ਵਾਰ ਰੀਅਪਲਾਈ ਕੀਤੇ ਵੀਜ਼ਾ ਆ ਜਾਂਦਾ। ਚੈਲੰਜ ਹੁਣ ਇਹ ਕਿ ਪੰਜਾਬ ਦੇ ਵਿੱਚ ਕਰੀਬ 50-60% 50-60% ਬੱਚਾ ਇਹੋ ਜਿਹਾ ਜਿਹਦੇ ਓਵਰਆਲ 6 ਬੈਂਡ ਆ ਜੀ, 1 ਚੋਂ 5.5 ਬੈਂਡ ਜੀ, ਜਾਂ 1 ਚੋਂ 5 ਬੈਂਡ ਰਹਿ ਗਏ ਜੀ, ਕੀ ਉਹਨਾਂ ਦਾ ਕੇਸਿਸ ਵੀ ਲੈਣਗੇ ਓਮ ਗਲੋਬਲ? ਦੇਖੋ ਮਨੀਸ਼ ਜੀ, ਇਹ ਕੁਐਸਚਨ ਤਾਂ ਤੁਸੀਂ ਪੁੱਛ ਲਿਆ, ਪਰ ਮੇਰਾ ਖਿਆਲ ਇਸ ਸਵਾਲ ਦਾ ਜਵਾਬ ਤੁਹਾਨੂੰ ਆਪ ਨੂੰ ਵੀ ਪਤਾ, ਕਿਉਂਕਿ ਰੈਗੂਲਰ ਸਾਡੀ ਡਿਸਕਸ਼ਨ ਹੁੰਦੀ ਰਹਿੰਦੀ ਹੈ। 1 ਚ ਸਾਡੇ 5 ਦੋ ਮੋਡਿਊਲ 'ਚ ਸਾਡੇ 5 ਜਾਂ 1 ਮੋਡਿਊਲ 'ਚ 5 ਬੈਂਡ ਹੈਗੇ ਆ, ਤੁਹਾਡੇ ਓਵਰਆਲ 6 ਬੈਂਡ ਤੁਸੀਂ ਸਟੈਂਡ ਕਰਦੇ ਹੋ, ਓਵਰਆਲ 6 ਬੈਂਡ ਤੁਹਾਡੇ ਹੈਗੇ ਆ, ਈਚ ਨਾਲ ਮੈਨੂੰ ਕੋਈ ਮਤਲਬ ਨਹੀਂ, ਤੁਸੀਂ 6 ਓਵਰਆਲ IELTS ਦਾ ਸਕੋਰ ਲੈ ਕੇ ਸਾਡੇ ਕੋਲ ਆਫਿਸ ਵਿਜ਼ਿਟ ਕਰੋ, ਅਸੀਂ ਵੀਜ਼ਾ ਅਪਲਾਈ ਕਰਾਂਗੇ। ਉਹੀ ਗੱਲ ਹੈ, ਕੈਟੇਗਰੀ ਕਿਹੜੀ ਨਹੀਂ, SDS ਜਾਂ non-SDS, ਤੁਸੀਂ 6 ਈਚ ਹੈਗੇ ਹੋ, ਓਕੇ, ਪਰਫੈਕਟਲੀ ਫਾਈਨ, 1 ਸਾਲ ਦੀ ਫੀਸ, 1 ਸਾਲ ਦੀ GIC ਦਿੱਤੀ, ਤੁਸੀਂ SDS 'ਚ ਅਪਲਾਈ ਕਰੋ। non-SDS ਦੇ ਵਿੱਚ ਰੈਗੂਲਰ ਵੀਜ਼ਾਸ ਆ ਰਹੇ ਹੈ, 5.5-1 'ਚ ਨੇ, 5.5-2 'ਚ ਨੇ, 1 ਮੋਡਿਊਲ 'ਚ 5 ਨੇ, ਖੁੱਲ੍ਹਾ ਸੱਦਾ ਤੁਹਾਨੂੰ, ਰਿਫਿਊਜ਼ਡ ਹੋ, ਆਓ ਆ ਕੇ ਆਪਣਾ ਵੀਜ਼ਾ ਅਪਲਾਈ ਕਰੋ, ਕੋਈ ਵੀ ਪੈਸਾ, 1 ਰੁਪਿਆ ਵੀ ਤੁਸੀਂ ਵੀਜ਼ਾ ਲੱਗਣ ਤੋਂ ਪਹਿਲਾਂ ਨਹੀਂ ਦੇਣਾ ਜੀ। ਸੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਇਨੀਸ਼ੀਅਲ ਇਨਵੈਸਟਮੈਂਟ ਨਹੀਂ ਹੈ ਜੇਕਰ ਤੁਸੀਂ ਓਮ ਗਲੋਬਲ ਦੇ ਆਫਿਸਿਸ ਵਿੱਚ ਵਿਜ਼ਿਟ ਕਰਦੇ ਹੋ। ਖਾਸ ਤੌਰ 'ਤੇ ਉਹ ਬੱਚੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਸੀ, ਕਿਸੇ ਕਾਰਨਾਂ ਕਰਕੇ ਨੰਬਰ ਘੱਟ ਰਹਿ ਗਏ ਸੀ,
ਆਇਲਸ ਦਾ ਬੈਂਡ ਸਕੋਰ ਘੱਟ ਹੈ, 6 ਓਵਰ ਵਾਲਾ ਇੱਕ ਮੋਡਿਊਲ 'ਚੋਂ 5 ਬੈਂਡ ਰਹਿ ਗਏ, ਬਹੁਤ ਸਾਰੇ ਕੰਸਲਟੈਂਟ ਇਹੋ ਜਿਹੇ ਪ੍ਰੋਫਾਈਲ ਨੂੰ ਲੈਣ ਤੋਂ ਮਨ੍ਹਾ ਕਰ ਰਹੇ ਨੇ। ਬਹੁਤ ਸਾਰੇ ਕੰਸਲਟੈਂਟ ਇਹੋ ਜਿਹੇ ਵੀ ਨੇ ਜਿਹੜੇ ਆਪਣੇ 15-20-25 ਹਜ਼ਾਰ ਰੁਪਏ ਦੀ ਫੀਸ ਲੈ ਕੇ ਕੇਸ ਜ਼ਰੂਰ ਅਪਲਾਈ ਕਰ ਦਿੰਦੇ ਨੇ, ਪਰ ਉਹਨਾਂ ਨੂੰ ਵੀ ਇਲਮ ਹੁੰਦਾ ਹੈ ਕਿ ਵੀਜ਼ਾ ਆਉਣਾ ਜਾਂ ਨਹੀਂ ਆਉਣਾ, ਸੋ ਆਪਣੀ ਕੰਪਨੀ ਫੀਸ ਐਡਵਾਂਸ ਲੈ ਲੈਂਦੇ ਨੇ। ਔਰ ਬਹੁਤ ਵਧੀਆ ਆਪਸ਼ਨ ਤੁਹਾਡੇ ਕੋਲ ਓਮ ਗਲੋਬਲ ਵੱਲੋਂ ਦਿੱਤੀ ਜਾ ਰਹੀ ਕਿ ਜੇਕਰ ਤੁਹਾਡੇ ਓਵਰਆਲ 6 ਬੈਂਡ ਹੈ, 1-5 ਆ, 2-5 ਆ, 3-5 ਆ, ਜਾਂ 1-5 ਹੈ, ਤਾਂ ਵੀ ਤੁਸੀਂ ਓਮ ਗਲੋਬਲ ਦੇ ਆਫਿਸਿਸ ਵਿੱਚ ਵਿਜ਼ਿਟ ਕਰ ਸਕਦੇ ਹੋ, ਕੈਨੇਡਾ ਸਤੰਬਰ ਸੈਸ਼ਨ ਲਈ ਆਪਣੀ ਫਾਈਲ ਜਿਹੜੀ ਹੈ ਉਹ ਲਗਵਾ ਸਕਦੇ ਹੋ। ਔਰ ਸਭ ਤੋਂ ਖੂਬਸੂਰਤ ਗੱਲ ਕੀ ਹੈ ਕਿ ਕਿਸੇ ਕਿਸਮ ਦਾ ਤੁਸੀਂ ਐਡਵਾਂਸ ਨਹੀਂ ਦੇਣਾ, ਰਿਫਿਊਜ਼ਲ ਕੇਸ ਨੂੰ ਵੈਲਕਮ ਕੀਤਾ ਜਾ ਰਿਹਾ ਹੈ, ਜਿਹੜੇ ਘੱਟ ਨੰਬਰਾਂ ਵਾਲੇ ਨੂੰ ਵੈਲਕਮ ਕੀਤਾ ਜਾ ਰਿਹਾ ਹੈ, ਆਇਲਸ ਦਾ ਬੈਂਡ ਸਕੋਰ ਘੱਟ ਹੈ ਉਹਨੂੰ ਵੀ ਵੈਲਕਮ ਕੀਤਾ ਜਾ ਰਿਹਾ। ਔਰ ਬਹੁਤ ਵੱਡੀ ਗੱਲ ਹੈ ਕਿ ਇਹਨਾਂ ਦੇ ਪੈਨਲ 'ਤੇ ICCRC ਮੈਂਬਰ ਹੈ, ਮਾਫ ਕਰਨਾ ਪੈਨਲ 'ਤੇ ਨਹੀਂ, ਇਹਨਾਂ ਦੀ ਟੀਮ ਦੇ ਵਿੱਚ ICCRC ਮੈਂਬਰ ਹੈ ਅਗਰ ਪੁਨੀ ਜੀ ਮੈਂ ਗਲਤ ਨਹੀਂ ਹੈ, ਅਤੇ ਸ਼ਾਇਦ ਕੈਨੇਡਾ ਦੇ ਵਿੱਚ ਹਰਿਤ ਗਾਬਾ ਜੀ ਨੇ ਜਿਹੜੇ ਤੁਹਾਡੇ ਤੋਂ ਕੈਨੇਡਾ ਦੇਖਦੇ ਹਨ। ਹਰਿਤ ਗਾਬਾ ਜੀ ਨੇ ਹੀ ਓਰਿਜਨਲੀ ਬਿਲੋਂਗਸ ਟੂ ਜਲੰਧਰ, ਜਲੰਧਰ ਦਾ ਰਹਿਣ ਵਾਲਾ ਹੈ, ਸ਼ੁਰੂ ਤੋਂ ਇਕੱਠੇ ਪੜ੍ਹੇ ਹੋਏ ਆ, ਅਤੇ ਉੱਥੇ ਜਾ ਕੇ ਜਦੋਂ ਕੈਨੇਡਾ ਮਾਈਗ੍ਰੇਟ ਹੋਇਆ ਉਹਨੇ ਇਮੀਗ੍ਰੇਸ਼ਨ ਨੂੰ ਐਜ਼ ਅ ਪ੍ਰੋਫੈਸ਼ਨ ਚੂਜ਼ ਕੀਤਾ, ICCRC ਦਾ ਕੋਰਸ ਕੀਤਾ, ਔਰ ਉਸ ਤੋਂ ਬਾਅਦ ਪ੍ਰੋਫੈਸ਼ਨਲੀ ਬਹੁਤ ਸਾਰੇ ਸਟੂਡੈਂਟਸ ਨੂੰ ਜਾਂ ਇਮੀਗ੍ਰੈਂਟਸ ਨੂੰ, ਬਹੁਤ ਸਾਰੇ ਲੋਕਾਂ ਨੂੰ ਉੱਥੇ ਐਡਵਾਈਸ ਦੇ ਕੇ ਕਾਫੀ ਵੀਜ਼ਾਜ਼ ਦੀ ਜਿਹੜੀਆਂ ਪ੍ਰੋਬੇਬਿਲਿਟੀਜ਼ ਵਧਾਈਆਂ। ਇਨਫੈਕਟ ਜੇ ਸਾਡੀ ਆਪਣੀ ਟੀਮ ਦੀ ਗੱਲ ਕਰ ਲਈਏ, ਵੀਜ਼ਾ ਫਾਈਲਿੰਗ ਟੀਮ ਨੂੰ ਬਹੁਤ ਜ਼ਿਆਦਾ ਸਪੋਰਟ ਹੈ, ਕਿਉਂਕਿ ਇੱਕ ਲਾਅ ਇੱਕ ਵੀਜ਼ਾ ਅਪਲਾਈ ਕਰਨਾ ਬਹੁਤ ਸੌਖਾ ਅੱਜ ਦੀ ਡੇਟ ਦੇ ਵਿੱਚ, ਸ਼ਾਇਦ ਇੱਕ ਸਟੂਡੈਂਟ ਆਪ ਵੀ ਇੰਨਾ ਕੁ ਕੇਪੇਬਲ ਹੋ ਗਿਆ ਕਿ ਉਹ ਆਪਣਾ ਵੀਜ਼ਾ ਆਪ ਅਪਲਾਈ ਕਰ ਸਕਦਾ। ਜਿਹੜੀਆਂ ਟੈਕਨੀਕੈਲਿਟੀਜ਼ ਨੇ, ਜਿਹੜੀਆਂ ਕਿ ਅੰਡਰ ਸੈਕਸ਼ਨ ਕਿਹੜੇ ਸੈਕਸ਼ਨ ਦੇ ਅੰਡਰ ਵੀਜ਼ਾ ਰਿਫਿਊਜ਼ ਹੋਇਆ, ਉਸ ਸੈਕਸ਼ਨ ਦਾ ਜਵਾਬ ਕੀ ਦੇਣਾ, ਜਾਂ ਉਹਨਾਂ ਦਾ ਇਮੀਗ੍ਰੇਸ਼ਨ ਲਾਅ ਕੀ ਕਹਿੰਦਾ ਇਸ ਚੀਜ਼ ਬਾਰੇ, ਉਹ ਸਾਰੀਆਂ ਟੈਕਨੀਕੈਲਿਟੀਜ਼ ਬਹੁਤ ਜ਼ਿਆਦਾ ਮਦਦ ਕਰਦੀਆਂ ਸਾਨੂੰ ਜਦੋਂ ਅਸੀਂ ਹਰਿਤ ਨਾਲ ਡਿਸਕਸ ਕਰਦੇ ਹਾਂ ਕੇਸ ਟੂ ਕੇਸ। ਜੇ ਕੋਈ ਸਿੰਪਲ ਕੇਸਿਸ ਨੇ ਅਸੀਂ ਉਹਨੂੰ ਉਹਦੇ ਵਿੱਚ ਬੋਦਰ ਨਹੀਂ ਕਰਦੇ, ਜੇ ਤੁਹਾਡਾ ਕੇਸ ਕਿਤੋਂ ਰਿਫਿਊਜ਼ ਹੈ ਫਿਰ ਆਪਾਂ ਉਹਨੂੰ ਦਿੰਦੇ ਹਾਂ ਉਹ ਕੇਪ ਨੋਟਸ, ਉਹਦੇ ਵਿੱਚ ਕਢਵਾਉਂਦਾ ਉਹ ਕੇਪ ਨੋਟਸ ਨੂੰ ਗੋ ਥਰੂ ਕਰਦੇ ਹਾਂ 60-70 ਪੇਜਸ ਦੇ ਵਿੱਚ ਕਿ ਐਕਚੁਅਲੀ ਦੇ ਵਿੱਚ ਰੀਜ਼ਨ ਕੀ ਸੀ, ਕੀ ਅਸੀਂ ਉਸ ਰੀਜ਼ਨ ਨੂੰ ਉਸ ਬਿਮਾਰੀ ਨੂੰ ਹਟਾ ਸਕਦੇ ਹਾਂ, ਦੂਰ ਕਰ ਸਕਦੇ ਹਾਂ, ਉਹਦੀ ਕੋਈ ਦਵਾਈ ਹੈਗੀ ਹੈ, ਜੇ ਹੈਗੀ ਹੈ ਤਾਂ ਅਸੀਂ ਉਹਨੂੰ ਰੀਅਪਲਾਈ ਕਰਦੇ ਹਾਂ। ਸੋ ਟੈਕਨੀਕਲੀ ਬਹੁਤ ਬੈਨੀਫਿਟ ਹੋਇਆ ਇੱਕ ਪ੍ਰੋਫੈਸ਼ਨਲ ਹੋਣ ਦਾ, ਇੱਕ ਉਸ ਬੰਦੇ ਦੇ ਹੋਣ ਦਾ ਨਾਲ ਜਿਹੜੇ ਕੈਨੇਡਾ ਦਾ ਇਮੀਗ੍ਰੇਸ਼ਨ ਲਾਅ ਪੜਿਆ ਹੋਇਆ। ਜੀ ਸੁਪਨੀ ਜੀ, ਇੱਕ ਛੋਟਾ ਜਿਹਾ ਸਵਾਲ ਆ ਕੇ ਪੁੱਛਣਾ ਚਾਹਾਂਗੇ, ਸਮਾਂ ਘੱਟ ਹੈ। ਇੱਕ ਇੰਡੀਵਿਜੁਅਲ ਬੱਚੇ ਦੀ ਆਪਾਂ ਹਰ ਵਾਰ ਗੱਲ ਕਰਦੇ ਹਾਂ ਕਿ 6 ਓਵਰਆਲ 6 ਚੀਜ਼ ਬੈਂਡ, 1-5 ਬੈਂਡ ਲੈ ਕੇ ਬੱਚਾ ਅਪਲਾਈ ਕਰ ਸਕਦਾ। ਪਿੱਛੇ ਜਿਹੇ ਹਵਾ ਚੱਲੀ ਸੀ ਕਿ ਕੈਨੇਡਾ ਸਪਾਊਸ ਵੀਜ਼ਾ ਦੇਣਾ ਸ਼ੁਰੂ ਕਰ ਗਿਆ ਹੈ, ਜੀ ਕੁਛ ਇੱਕ ਲੋਕਾਂ ਨੇ ਡਿਪੈਂਡੈਂਟ ਵੀਜ਼ਾ ਅਪਲਾਈ ਕੀਤੇ, ਜਿਹੜੇ ਓਪਨ ਵਰਕ ਪਰਮਿਟ 'ਤੇ ਅਪਲਾਈ ਕੀਤੇ ਔਰ ਵੀਜ਼ਾਸ ਗਿਆ ਹੈ। ਜੀ, ਇੱਕ ਦੋ ਕੰਸਲਟੈਂਟ ਮੰਚ 'ਤੇ ਆਏ, ਉਹਨਾਂ ਨੇ ਕਿਹਾ ਕਿ ਹੁਣ ਕੈਨੇਡਾ ਸਪਾਊਸ ਵੀਜ਼ਾ ਵੀ ਪੋਸੀਬਲ ਹੈ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਬਾਅਦ। ਜੀ, ਸੋ ਕੀ ਇਹ ਟੈਕਨੀਕਲੀ ਠੀਕ ਹੈ, ਕੈਨੇਡਾ ਸਪਾਊਸ ਵੀਜ਼ਾ ਅਪਲਾਈ ਕਰ ਸਕਦੇ ਆਪਾਂ? ਦੇਖੋ, ਟੈਕਨੀਕਲੀ ਯੈਸ, ਤੁਸੀਂ ਸਪਾਊਸ ਵੀਜ਼ਾ ਅਪਲਾਈ ਕਰ ਸਕਦੇ ਹੋ, ਪਰ ਮੈਨੂੰ ਕੋਈ ਬੰਦਾ ਉੱਠ ਕੇ ਆ ਕੇ ਦੱਸੇ ਨਾ ਕਿ ਉਹਨੇ ਸਪਾਊਸ ਵੀਜ਼ਾ ਹਸਬੈਂਡ ਵਾਈਫ ਦਾ ਕੈਨੇਡਾ ਦੇ ਵਿੱਚ ਸਟੂਡੈਂਟ ਐਂਡ ਡਿਪੈਂਡੈਂਟ ਇਕੱਠਾ ਲਿਆ। ਮੇਰੇ ਖਿਆਲ ਨਾਲ ਮੈਂ ਅੱਜ ਤੱਕ ਕੋਈ ਵੀ ਸਟੂਡੈਂਟ ਨੂੰ ਆਪਣੇ ਸਪਾਊਸ ਦੇ ਨਾਲ ਇਕੱਠੇ ਜਾਂਦਾ ਨਹੀਂ ਦੇਖਿਆ, ਅਨਲਾਈਕ ਆਸਟ੍ਰੇਲੀਆ ਜਿੱਥੇ ਰੋਜ਼ ਇਹੀ ਕੰਮ ਹੁੰਦਾ। ਅੱਜ ਵੀ ਸਾਡੇ ਵੀਜ਼ੇ ਆਏ ਆ ਜਿਹਦੇ ਵਿੱਚ ਸਪਾਊਸ ਨਾਲ ਜਾਂਦਾ। ਕੈਨੇਡਾ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ ਸਪਾਊਸ ਨੂੰ ਨਾਲ ਨਹੀਂ ਲੈ ਕੇ ਜਾ ਸਕਦੇ, ਬਟ ਜਿਹੜੀ ਵੀਜ਼ਾ ਅਪਲਾਈ ਹੁੰਦਾ, ਜਿਹੜੇ ਵੀਜ਼ੇ ਗ੍ਰਾਂਟ ਹੁੰਦੇ ਆ, ਉਹਦੇ ਜੇ ਰਿਜ਼ਲਟ ਦੇ ਉੱਤੇ ਆ ਜਾਈਏ ਤੇ ਵੀਜ਼ਾ ਨਹੀਂ ਗ੍ਰਾਂਟ ਹੁੰਦਾ ਜਦੋਂ ਹਸਬੈਂਡ ਵਾਈਫ ਦਾ ਇਕੱਠਾ ਵੀਜ਼ਾ ਇਕੱਠੇ ਚਲੋ ਨਹੀਂ ਅਪਲਾਈ ਕਰਦਾ, ਮੇਨ ਐਪਲੀਕੈਂਟ ਪਹਿਲਾਂ ਚਲ ਗਿਆ, ਆਪਣੇ ਡਿਪੈਂਡੈਂਟ ਨੂੰ ਬੁਲਾ ਸਕਦਾ? ਬਿਲਕੁਲ 100% ਬੁਲਾ ਸਕਦਾ। ਬਹੁਤ ਸਾਰੇ ਵੀਜ਼ਾਜ਼ ਅਸੀਂ ਲਗਾਏ ਆ, ਜੇ ਤੁਸੀਂ ਫੇਸਬੁੱਕ ਪੇਜ 'ਤੇ ਦੇਖੋ, ਓਪਨ ਵਰਕ ਪਰਮਿਟ ਉਸ ਬੰਦੇ ਨੂੰ ਮਿਲਦਾ ਜਿਹੜਾ ਡਿਪੈਂਡੈਂਟ ਹੁੰਦਾ, ਉਹਨੂੰ ਓਪਨ ਵਰਕ ਪਰਮਿਟ ਮਿਲਦਾ ਜੋ ਜਾ ਕੇ ਉੱਥੇ ਫੁੱਲ ਟਾਈਮ ਵਰਕਿੰਗ ਰਾਈਟਸ ਹੈਗੇ ਉਹਦੇ ਕੋਲ, ਉਹ ਜਾ ਕੇ ਕੰਮ ਕਰ ਸਕਦਾ। ਸੋ ਡਿਪੈਂਡੈਂਟ ਆਪਣਾ ਹਮੇਸ਼ਾ ਹੀ ਕੋਈ ਵੀ ਸਟੂਡੈਂਟ ਜਿਹੜਾ ਹੈਗਾ, ਉਹ ਚਾਹੇ ਹਸਬੈਂਡ ਹੈ ਚਾਹੇ ਵਾਈਫ ਹੈ, ਉਹਨੂੰ ਬੁਲਾ ਸਕਦਾ। ਉਹ ਬੰਦਾ ਉੱਥੇ ਜਾ ਕੇ ਕੰਮ ਕਰਨ ਦੀ ਪਰਮਿਸ਼ਨ ਦੇ ਨਾਲ ਕੈਨੇਡਾ ਜਾਂਦਾ, ਉਹਦੇ ਵਿੱਚ ਕਿਤੇ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਪ੍ਰੈਫਰਡ ਇਹ ਹੈ ਕਿ ਜਦੋਂ ਸਟੂਡੈਂਟ ਦੇ ਇੱਕ ਸਮੈਸਟਰ ਉੱਥੇ ਕੱਟ ਲਿਆ, ਇੱਕ ਸਮੈਸਟਰ ਉਹਨੇ ਪੜ੍ਹਾਈ ਕਰ ਲਈ, ਉਸ ਇੱਕ ਸਮੈਸਟਰ ਤੋਂ ਬਾਅਦ ਉਹ ਆਪਣੇ ਉੱਥੋਂ ਡਾਕੂਮੈਂਟ, ਚਾਹੇ ਉਹਦੀ LOA ਹੈ ਜਾਂ ਕਾਲਜ ਦੀ ਪੁਰਾਣੀ ਟ੍ਰਾਂਸਕ੍ਰਿਪਟਸ ਹੈ ਜਾਂ ਉਹਦੀ ਅਟੈਂਡੈਂਸ ਹੈ, ਜੋ ਜੋ ਸਾਰੇ ਡਾਕੂਮੈਂਟਸ ਹੈਗੇ ਆ ਉਹ ਅੰਬੈਸੀ ਨੂੰ ਦਿੱਤੇ ਜਾਣ। ਇੱਕ ਸਪਾਊਸ ਵੀਜ਼ੇ ਦੇ ਵਿੱਚ ਕਿਸੇ ਵੀ ਅੰਬੈਸੀ ਨੂੰ ਵੀਜ਼ਾ ਦੇਣ ਦੇ ਵਿੱਚ ਪ੍ਰੋਬਲਮ ਕਿੱਥੇ ਆਉਂਦੀ ਹੈ? ਰਿਲੇਸ਼ਨ, ਰਿਲੇਸ਼ਨ ਦਾ ਜਿਹੜੇ ਫੈਕਟਸ ਹੈਗੇ ਆ ਕਿ ਤੁਹਾਡਾ ਰਿਲੇਸ਼ਨ ਐਕਚੁਅਲੀ 'ਚ ਇੱਕ ਜੈਨੂਅਨ ਰਿਲੇਸ਼ਨ ਹੈ, ਉਹ ਡਿਪੈਂਡ ਕਰ, ਉਹ ਦੱਸਦਾ ਕਿ ਵੀਜ਼ਾ ਲੱਗਣਾ ਕਿ ਨਹੀਂ ਲੱਗਣਾ। ਇਫ ਇਟ ਇਜ਼ ਅ ਨਿਊ ਮੈਰਿਜ, ਦੇ ਨੀਡ ਡਾਕੂਮੈਂਟਸ, ਕਿ ਕਿਤੇ ਕੰਟਰੈਕਟ ਮੈਰਿਜ ਤਾਂ ਨਹੀਂ ਹੈਗੀ, ਸਿਰਫ ਬਾਹਰ ਲਿਜਾਣ ਲਈ ਤਾਂ ਨਹੀਂ ਵਿਆਹ ਹੋਇਆ ਹੋਇਆ। ਜੇ ਤੁਹਾਡੀ ਓਲਡ ਮੈਰਿਜ ਹੈ ਫਿਰ ਉਹ ਡਾਕੂਮੈਂਟਸ ਦੀ ਜਿਹੜੀ ਲਿਸਟ ਵੀ ਹੈਗੀ ਉਹ ਆਟੋਮੈਟਿਕਲੀ ਛੁੱਟੀ ਹੋ ਜਾਂਦੀ ਹੈ। ਜੀ, ਸੋ ਜਿਹੜੇ ਦਰਸ਼ਕ ਖਾਨਾ ਹੁਣ ਜੁੜੇ ਨੇ, ਪਰ ਫਿਰ ਤੋਂ ਦੱਸ ਦਈਏ ਕਿ ਓਮ ਗਲੋਬਲ ਤੋਂ ਵੀਜ਼ਾ ਐਕਸਪਰਟ ਪੁਨੀਤ ਖੰਨਾ ਜੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਕੈਨੇਡਾ ਜਿਹੜੇ ਵੀ ਵਿਦਿਆਰਥੀ ਜਾਣਾ ਚਾਹੁੰਦੇ ਨੇ, ਚਾਹੇ ਉਹ ਸਿੰਗਲ ਐਪਲੀਕੈਂਟ ਨੇ ਚਾਹੇ ਉਹ ਮੈਰਿਟ ਨੇ,
मैरिड कपल भी जिहड़े ने वह भी अप्लाई कर सकते हैं, पर मेन एप्लीकेंट पहला जाएगा वह डिपेंडेंट 2 तो 3 महीने बाद अप्लाई कर सकता ओपन वर्क परमिट से। ज़्यादा जानकारी तुम ओम ग्लोबल के ऑफिसिज विजिट कर सकते हो, 9216-9167 नंबर पर कॉल कर सकते हो, 9216-9167। हम कुछ एक बच्चे मिलाने जिन्होंने ओम ग्लोबल राही वीजा अप्लाई किए थे, वीजा हासिल किए, पर नटशल की है, शो का सार की है, सार यही है कि जेकर तुम सितंबर सैशन लिए हुणे भी अप्लाई करना चाहते हो तुम ओम ग्लोबल के दफ्तर में आकर अप्लाई कर सकते हो। किसी तरह का कोई तुम्हें पैसा एडवांस नहीं देना, नॉट इवन ए सिंगल पैनी तुम्हें पैसा एडवांस नहीं देना, थोड़ी कंपनी फीस तक ओम ग्लोबल वालों लगाई जाएगी। और खास तौर पर उन्होंने बच्चे को इनवाइट किया जा रहा है जिन्हें बच्चे ऑलरेडी कैनेडा तो रिफ्यूज़ ने, एक बार रिफ्यूज़ आ, दो बार रिफ्यूज़ आ, तीन बार रिफ्यूज़ आ, उन्होंने भी पैसा देने की लड़ नहीं, इनवैसटमेंट ओम ग्लोबल वालों की जाएगी, तुम्हें पैसे उदो देना जो तुम्हें थोड़ा वीज़ा हासिल हो गया। ज़्यादा जानकारी लिए 9161-9167 नंबर पर कॉल कर सकते हो। फिलहाल इजाज़त चाहते हैं, पुनीत बहुत बहुत शुक्रिया। शुक्रिया। My name is Shivangi Thakur. I am from Hoshiarpur. I have given my IELTS test. I have scored 6 bands in it and I have got one half band less in reading. That was 5 and I was not eligible to give file in Canadian embassy, but Om Global has given my file to Canadian embassy and I was feeling my very happy and my dream comes true and my family. And special thanks to Mr. Puneet Khanna and Jagdeep sir and Neha ma'am. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਜੀ, ਤੇ ਮੈਂ ਆਪਣਾ ਕੈਨੇਡਾ ਵਾਸਤੇ ਵੀਜ਼ਾ ਅਪਲਾਈ ਕਰਨਾ ਸੀਗਾ, ਤੇ ਮੈਂ ਇੱਦਾਂ ਹੀ ਪਤਾ ਕਰਦਾ ਸੀਗਾ, ਮੇਰੇ ਫਰੈਂਡ ਨੇ ਕਦੇ ਮੈਨੂੰ ਸਲਾਹ ਦਿੱਤੀ, ਮੈਂ ਆਸਟ੍ਰੇਲੀਆ ਦਾ ਵੀਜ਼ਾ ਓਮ ਗਲੋਬਲ ਆਣੇ ਤੋਂ ਹੋਇਆ ਸੀਗਾ, ਮਲਟੀਪਲ ਫੈਮਿਲੀ, ਉਹਨਾਂ ਨੇ ਕਿਹਾ ਕਿ ਓਮ ਗਲੋਬਲ ਆਣੇ ਕੋਲ ਜਾਓ, ਤੇ ਮੈਂ ਇਹਨਾਂ ਕੋਲ ਆਇਆ ਆਪਣੀ ਫੈਮਿਲੀ ਦੇ ਪਾਸਪੋਰਟ ਲੈ ਕੇ, ਤੇ ਇਹਨਾਂ ਨੇ ਵਧੀਆ ਗਾਈਡਨੈਂਸ ਦਿੱਤੀ ਮੈਨੂੰ, ਤੇ ਮੈਂ ਇਹਨਾਂ ਨੂੰ ਡਾਕੂਮੈਂਟ ਦਿੱਤੇ, ਇਹਨਾਂ ਨੇ ਮੇਰਾ ਅਪਲਾਈ ਕਰਤਾ ਤੇ ਮੇਰਾ 15 ਦਿਨ ਬਾਅਦ ਵੀਜ਼ਾ ਆ ਗਿਆ, 10 ਸਾਲ ਦਾ ਮਲਟੀਪਲ ਵੀਜ਼ਾ ਹੁੰਦਾ ਹੈ। ਇਹ ਮੇਰਾ ਵੀਜ਼ਾ ਜੀ, ਮੇਰੀ ਵਾਈਫ ਦਾ ਵੀਜ਼ਾ ਲੱਗਿਆ ਜੀ, ਇਹ ਮੇਰੀ ਬੇਟੀ ਦਾ ਵੀਜ਼ਾ ਲੱਗਿਆ ਹੋਇਆ ਜੀ, ਤੇ ਪਹਿਲਾਂ ਮੇਰਾ 2 ਵਾਰੀ ਅਮੈਰੀਕਾ ਦਾ ਰਿਫਿਊਜ਼ਲ ਹੋ ਚੁੱਕਿਆ ਸੀਗਾ, ਤੇ ਉਮੀਦ ਨਹੀਂ ਸੀ ਕਿ ਵੀਜ਼ਾ ਲੱਗ ਜੂਗਾ, ਤੇ ਗਲੋਬਲ ਵਾਲਿਆਂ ਨੇ ਵਧੀਆ ਢੰਗ ਨਾਲ ਫਾਈਲ ਤਿਆਰ ਕਰਕੇ ਅਪਲਾਈ ਕੀਤਾ, ਮੇਰਾ ਵੀਜ਼ਾ ਆ ਗਿਆ 15 ਦਿਨ ਦੇ ਵਿੱਚ। ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਮੇਰਾ ਵੀਜ਼ਾ ਲਵਾਇਆ, ਤੇ ਤੁਸੀਂ ਸਾਰੇ ਅੱਗੇ ਨੂੰ ਓਮ ਗਲੋਬਲ ਇੱਕ ਵਾਰੀ ਆ ਕੇ ਜ਼ਰੂਰ ਵਿਜਿਟ ਕਰਨਾ। ਥੈਂਕ ਯੂ, ਧੰਨਵਾਦ। ਮੇਰਾ ਨਾਮ ਅਭਿਨਵ ਹੈ, ਮੈਂ ਯਮੁਨਾਗਰ ਸੇ ਬਿਲੋਂਗ ਕਰਤਾ ਹੂੰ। ਮੈਨੇ ਆਪਣੀ +2 2016 ਮੈਂ ਕੰਪਲੀਟ ਕੀ ਥੀ, ਵਿਦ 62% ਮਾਰਕਸ ਵਿਦ ਕਾਮਰਸ ਸਟ੍ਰੀਮ ਐਂਡ ਫਰੋਮ CBSE ਬੋਰਡ। ਉਸਕੇ ਬਾਅਦ ਮੈਨੇ ਫਰਦਰ ਪਲਾਨ ਆਸਟ੍ਰੇਲੀਆ ਜਾ ਕੇ ਪੜ੍ਹਨੇ ਕੇ ਲਈ ਫੋਰ ਆਈਐਸ ਸਟੱਡੀ ਐਂਡ ਮੈਨੇ ਓਮ ਗਲੋਬਲ ਸੇ ਕੰਸਰਨ ਮੇ ਥਰੂ ਫੇਸਬੁੱਕ ਐਂਡ ਫਰੈਂਡਸ, ਬਹੁਤ ਸੇ ਮੇਰੇ ਯਾਰ ਦੋਸਤ ਜਿਨ੍ਹਾਂ ਨੇ ਓਮ ਗਲੋਬਲ ਸੇ ਅਪਲਾਈ ਕੀਆ, ਆਜ ਉਨਕਾ ਵੀਜ਼ਾ ਵੀ ਸਕਸੈਸਫੁਲ ਹੈ, ਵੋ ਆਸਟ੍ਰੇਲੀਆ ਮੇ ਸਕਸੈਸ ਹੈ ਐਂਡ मैंने अपने फ्रेंड से इन्फॉर्मेशन लेके ओम ग्लोबल के थ्रू फाइल लगवाई और हेयर इज माई वीजा। थैंक्स टू ओम ग्लोबल।